भाई सुखा सिंह ते एक महताब सिंह है, जिन्हों का इतिहास ये है भी जिन्ह ने मस्से रंगड़ का सिर वढ़े हुए। उन्हां दो जीवन तो जो असी पढ़ते हैं ना सुनते हैं उन्हां दे जीवन बारे, उन्हां दे जीवन अंदर भाई सुखा सिंह ते महताब सिंह, महताब सिंह सी जिहड़ा वो सिखी परिवार नाल संबंध सी, भाई सुखा सिंह तरखाण परिवार विचों सीगा, माँ प्यो दा सिखी वाले इन्ना रझेवा नहीं सी ध्यान नहीं सी। उन्हां समयां अंदर जिथे खान बहादुर जकरिया खान लाहौर का सूबेदार सी ते कई कई चौधरी हुंदे सन वख वख पिंडां दे विच शहरां दे विच, ते उत्थे चौधरी मस्सा रंगड़ सी जो मंडियाली का रहण वाला सी। भाई सुखा सिंह जिथे छोटी उम्रे उन्हूं ये प्यार सी, मन अंदर श्रद्धा यकीन सी मैं गुरसिख बना, मैं भी बाकी गुरसिखां वांग सिखी अंदर आके अपने आप नू गुरबाणी नाल गुरु नाल जोड़ा। सुखा सिंह दे जिहड़े माता पिता सन, जिथे सुखा सिंह माड़ी कंबोके दा रहण वाला सी, तरखाण होण करके किरत वल उन्हां दा ध्यान ज़्यादा सी, उन्हां समयां अंदर ਇਹ ਵੀ ਇੱਕ ਮਾਂ ਪਿਓ ਦੇ ਮਨਾਂ ਦਾ ਡਰ ਹੁੰਦਾ ਸੀ ਵੀ ਜਦੋਂ ਹਕੂਮਤ ਵੱਲੋਂ ਇਹ ਹੁਕਮ ਹੁੰਦੇ ਵੀ ਕੋਈ ਵੀ ਪਰਿਵਾਰ ਅੰਦਰ ਸਿੱਖ ਮਿਲਦਾ ਹੈ ਉਹਨੂੰ ਇੱਦਾਂ ਗ੍ਰਿਫਤਾਰ ਕੀਤਾ ਜਾਵੇ ਜਾਂ ਉਹਨੂੰ ਮਾਰ ਮੁਕਾ ਦਿੱਤਾ ਜਾਵੇ, ਅਤੇ ਜਿਹੜੀਆਂ ਮਾਵਾਂ ਸਨ ਜਿਨ੍ਹਾਂ ਦੇ ਮਨਾਂ ਅੰਦਰ ਡਰ ਹੁੰਦਾ ਵੀ ਮੈਂ ਆਪਣੇ ਪੁੱਤ ਨੂੰ ਸਿੱਖ ਨਾ ਬਣਾਵਾਂ, ਜੇ ਮੈਂ ਸਿੱਖ ਬਣਾ ਤਾ ਸਮਝ ਲਓ ਇਹਨੂੰ ਮੈਂ ਮੌਤ ਦੇ ਰਾਹ ਵੱਲ ਤੋਰਤਾ, ਕਈਆਂ ਦੇ ਮਨਾਂ ਅੰਦਰ ਇਹ ਡਰ ਵੀ ਹੁੰਦਾ। ਕਈ ਉਹ ਮਾਵਾਂ ਸਿਦਕ ਵਾਲੀਆਂ ਵੀ ਸਨ ਜਿਹੜੀਆਂ ਇਹ ਗੱਲਾਂ ਦੀ ਪਰਵਾਹ ਨਹੀਂ ਕਰਦੀਆਂ ਸਨ, ਸਗੋਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਬਾਣੀ ਨਾਲ ਜੋੜਦੀਆਂ। ਭਾਈ ਸੁਖਾ ਸਿੰਘ ਦੇ ਜਿਹੜੇ ਮਾਤਾ ਪਿਤਾ ਸਨ ਉਹ ਮਨ ਅੰਦਰ ਆਪਸ ਵਿੱਚ ਇਹ ਵਿਚਾਰ ਕਰਦੇ ਨੇ ਵੀ ਸਾਡਾ ਪੁੱਤਰ ਸਿੱਖੀ ਵੱਲ ਨਾ ਜਾਵੇ, ਜੇ ਇਹਨੇ ਅੰਮ੍ਰਿਤ ਪਾਨ ਕਰ ਲਿਆ ਕੇਸ ਰੱਖ ਲਏ ਤਾਂ ਇਹ ਸਾਡੇ ਹੱਥੋਂ ਗੁੰਮ ਜਾਏਗਾ, ਭਾਵ ਇਹਨੂੰ ਮੁਗਲ ਫੜ ਕੇ ਲੈ ਜਾਣਗੇ ਅਤੇ ਇਹਨੂੰ ਮੌਤ ਦੇ ਘਾਟ ਉਤਾਰ ਦੇਣਗੇ। ਕਹਿੰਦੇ ਸੁਖਾ ਸਿੰਘ ਨੇ ਮਾਂ ਪਿਓ ਤੋਂ ਅੱਗੇ ਹੋ ਕੇ ਅੰਮ੍ਰਿਤ ਪਾਨ ਕਰ ਲਿਆ, ਅੰਮ੍ਰਿਤ ਪਾਨ ਕੀਤਾ, ਕੇਸ ਰੱਖ ਲਏ, ਸਵੇਰੇ ਸ਼ਾਮ ਬਾਣੀ ਪੜ੍ਹਨੀ ਸ਼ੁਰੂ ਕਰ ਲਈ, ਮਾਂ ਪਿਓ ਨੂੰ ਉਹਲੇ ਰੱਖ ਕੇ ਜਿਸ ਗੱਲ ਤੋਂ ਮਾਂ ਪਿਓ ਡਰਦੇ ਸਨ ਉਹ ਗੱਲ ਨੂੰ ਭਾਈ ਸੁਖਾ ਸਿੰਘ ਨੇ ਸੱਚਮੁੱਚ ਪੱਕਿਆ ਕਰਕੇ ਸਿੱਖੀ ਅੰਦਰ ਵੀ ਧਾਰਨ ਹੋ ਗਏ, ਅੰਮ੍ਰਿਤ ਪਾਨ ਕਰ ਲਿਆ, ਬਾਣੀ ਪੜ੍ਹਨੀ ਸ਼ੁਰੂ ਕਰ ਲਈ। ਜਦੋਂ ਕਿਤੇ ਇੱਦਾਂ ਮੁਗਲ ਫੌਜਾਂ ਆਉਂਦੀਆਂ ਘਰਾਂ ਅੰਦਰ ਪੁੱਛ ਪੜਤਾਲ ਕਰਨ ਲਈ, ਸਿੱਖਾਂ ਨੂੰ ਲੱਭਣ ਲਈ, ਤਾਂ ਮਨ ਅੰਦਰ ਮਾਂ ਪਿਓ ਦੇ ਡਰ ਹੋ ਜਾਂਦਾ ਵੀ ਜੇ ਇਹਨੂੰ ਫੜ ਕੇ ਲੈ ਗਏ ਇੱਕੋ ਹੀ ਪੁੱਤਰ ਹੈ, ਹੋਰ ਸਾਡਾ ਕੋਈ ਬੱਚਾ ਨਹੀਂ ਹੈ, ਅਤੇ ਇਹਨੂੰ ਹਕੂਮਤ ਨੇ ਮਾਰ ਦੇਣਾ, ਸ਼ਹੀਦ ਕਰ ਦੇਣਾ ਕਹਿ ਲਓ, ਫਿਰ ਸਾਡੇ ਕੋਲ ਨਾ ਕੋਈ ਸਹਾਰਾ ਬਚਣਾ। ਕਹਿੰਦੇ ਸੁਖਾ ਸਿੰਘ ਜਿੱਥੇ ਅੰਮ੍ਰਿਤ ਪਾਨ ਕਰਕੇ ਆਇਆ ਸੀ, ਨਿੱਤ ਸਵੇਰੇ ਸ਼ਾਮ ਬਾਣੀ ਪੜ੍ਹਦਾ ਸੀ, ਗੁਰੂ ਦੀ ਬਾਣੀ ਪੜ੍ਹਦਿਆਂ ਹੌਲੀ ਹੌਲੀ ਵਿਚਾਰਦਿਆਂ ਉਹਨੂੰ ਸਮਝ ਆਉਂਦੀ ਕਿ ਉਹਦਾ ਪਿਆਰ ਜਿਹੜਾ ਸੀ ਉਹ ਗੂੜਾ ਹੋ ਗਿਆ। ਮਾਂ ਪਿਓ ਨੇ ਇੱਕ ਦਿਨ ਕੀ ਕਰਿਆ ਵੀ ਜੇ ਪੁੱਤਰ ਨੂੰ ਬਚਾਉਣਾ ਤਾਂ ਇੱਕੋ ਤਰੀਕਾ ਹੈ, ਇਹਨੂੰ ਸਿੱਖੀ ਨਾਲੋਂ ਤੋੜ ਦਈਏ। ਮਾਂ ਪਿਓ ਨੇ ਪਿਤਾ ਨੇ ਸ਼ਾਮ ਦਾ ਵੇਲੇ ਦਾ ਜਦੋਂ ਪ੍ਰਸ਼ਾਦਾ ਤਿਆਰ ਹੋਇਆ, ਪ੍ਰਸ਼ਾਦਾ ਤਿਆਰ ਹੋਇਆ ਜਦੋਂ ਸੁਖਾ ਸਿੰਘ ਪ੍ਰਸ਼ਾਦਾ ਖਾਣ ਲਈ ਆਇਆ, ਉਹਦੇ ਵਿੱਚ ਬੇਹੋਸ਼ੀ ਦੀ ਜਿਹੜੀ ਚੀਜ਼ ਸੀ, ਨਸ਼ਾ ਸੀ, ਉਹ ਪਾ ਦਿੱਤਾ। ਜਦੋਂ ਪ੍ਰਸ਼ਾਦਾ ਛਕਿਆ, ਸ਼ਾਮ ਨੂੰ ਪਿਆ, ਬੇਹੋਸ਼ ਹੋਇਆ, ਸੁਰਤ ਬੁਰਤ ਭੁੱਲ ਗਈ ਜਦੋਂ, ਤਾਂ ਸੁਖਾ ਸਿੰਘ ਦੇ ਪਿਤਾ ਨੇ ਸੁੱਤੇ ਪਏ ਦੇ ਆਪਣੇ ਪੁੱਤਰ ਦੇ ਕੇਸ ਕੱਟਤੇ, ਕੇਸ ਕਤਲ ਕਰਤੇ। ਜਦੋਂ ਸਵੇਰੇ ਸੁਖਾ ਸਿੰਘ ਉੱਠਿਆ, ਉਹਨੇ ਇੱਦਾਂ ਆਪਣੇ ਸਿਰ 'ਤੇ ਕੇਸਾਂ ਵੱਲ ਹੱਥ ਮਾਰਿਆ, ਜਦੋਂ ਉਹਨੂੰ ਆਪਣੇ ਸਿਰ 'ਤੇ ਕੇਸ ਜੂੜਾ ਨਾ ਵਿਖਿਆ, ਕਹਿੰਦੇ ਮਨ ਅੰਦਰ ਉਹਦੇ ਰੋਸ ਜਾਗਿਆ ਵੀ ਮੇਰੇ ਕੇਸ ਕਿਹਨੇ ਕੱਟਤੇ। ਜਦੋਂ ਪਰਿਵਾਰ ਵਿੱਚੋਂ ਹੀ ਪਤਾ ਲੱਗਿਆ ਵੀ ਕੇਸ ਨੇ ਜਿਹੜੇ ਉਹ ਮੇਰੇ ਪਿਤਾ ਨੇ ਕੱਟ ਦਿੱਤੇ ਦੇ,
ਤਾਂ ਮਨ ਅੰਦਰੇ ਇੱਕ ਵਾਰ ਰੋਸ ਆਇਆ ਵੀ ਮੈਂ ਆਪਣੇ ਮਾਂ ਪਿਓ ਨੂੰ ਮਾਰਨਾ ਵੀ ਜਿਹਨੇ ਮੈਨੂੰ ਸਿੱਖੀ ਤੋਂ ਦੂਰ ਕਰ ਦਿੱਤਾ ਆਪ ਹੀ ਕਿਤੇ ਮਾਂ ਪਿਓ ਨੇ ਕਰਨਾ ਸੀ ਵੀ ਮੈਂ ਮਾਂ ਪਿਓ ਨੇ ਮੇਰੇ ਕੇਸ ਸੰਭਾਲਣੇ ਸੀ ਮੈਨੂੰ ਸਿੱਖੀ ਨਾਲ ਜੋੜਨਾ ਸੀ ਅੱਜ ਮੇਰੇ ਪਿਤਾ ਨੇ ਹੀ ਮੇਰੇ ਕੇਸ ਕਤਲ ਕਰਦੇ ਨੇ ਮਨ ਅੰਦਰ ਗੁੱਸਾ ਵੀ ਆਇਆ ਵੀ ਮੈਂ ਮਾਂ ਪਿਓ ਨੂੰ ਮਾਰਦਾ ਅਤੇ ਮਨ ਅੰਦਰ ਇਹ ਵੀ ਵਿਚਾਰ ਆਇਆ ਜੇ ਬਾਣੀ ਪੜ੍ਹੀ ਉਹਨੇ ਸੁੱਖਾ ਸਿੰਘ ਨੇ ਬਾਣੀ ਨੂੰ ਪੜ੍ਹਦਿਆਂ ਕਿਤੇ ਇਹ ਵੀ ਸ਼ਬਦ ਪੜ੍ਹੇ ਹੋਣਗੇ ਵੀ ਮਾਂ ਪਿਓ ਨੂੰ ਬੁਰਾ ਨਹੀਂ ਕਹਿਣਾ ਮਾਂ ਪਿਓ ਨੂੰ ਮਾੜਾ ਨਹੀਂ ਬੋਲਣਾ ਮਾਂ ਪਿਓ ਨੇ ਜੰਮਿਆ ਸਾਨੂੰ ਪਾਲਿਆ ਅਤੇ ਉਹਨੇ ਮਨ ਦਾ ਇਰਾਦਾ ਬਦਲਿਆ ਵੀ ਨਾ ਇਹ ਵੀ ਸਭ ਤੋਂ ਵੱਡਾ ਪਾਪ ਹੋ ਜੂਗਾ ਜੇ ਮੈਂ ਮਾਂ ਪਿਓ ਨੂੰ ਮਾਰਦਾ ਉਹਨੇ ਆਪਣੇ ਆਪ ਨੂੰ ਕੋਸਦਿਆਂ ਆਪਣੇ ਆਪ ਨੂੰ ਹੀ ਮਾਰਨ ਦੀ ਬਿਉਂਤ ਮਨ ਅੰਦਰ ਬਣਾ ਲਈ ਮੈਂ ਜੇ ਸਿੱਖੀ ਤੋਂ ਦੂਰ ਹੀ ਕਰ ਦਿੱਤਾ ਫਿਰ ਜੇ ਮੇਰੇ ਕੇਸ ਹੀ ਕਤਲ ਹੋ ਗਏ ਸਿੱਖੀ ਤੋਂ ਮੁਨਕਰ ਹੋ ਗਿਆ ਮੈਂ ਤਾਂ ਮਰਿਆ ਸਮਾਨ ਹੈ ਜੇ ਕੇਸ ਹੀ ਨਹੀਂ ਮੇਰੇ ਕੋਲ ਮੈਂ ਮਰਿਆ ਸਮਾਨ ਇੱਕ ਸਮਾਂ ਉਹ ਹੈ ਵੀ ਜਦੋਂ ਸੁੱਖਾ ਸਿੰਘ ਦੇ ਕੇਸ ਕੱਟੇ ਉਹਨੇ ਸਮਝਿਆ ਵੀ ਮੈਂ ਮਰਿਆ ਸਮਾਨ ਹੈ ਜੇ ਮੈਂ ਕੇਸ ਨਹੀਂ ਮੇਰੇ ਦੇ ਸਿਰ 'ਤੇ ਗੁਰੂ ਦੀ ਮੋਹਰ ਹੀ ਨਹੀਂ ਗੁਰੂ ਦੀ ਨਿਸ਼ਾਨੀ ਨਹੀਂ ਨੇ ਮੈਂ ਸੰਭਾਲ ਸਕਿਆ ਤਾਂ ਮੈਂ ਮਰਿਆ ਸਮਾਨ ਇੱਕ ਸਮਾਂ ਸਾਡੇ ਵਾਲਾ ਅਸੀਂ ਵੀ ਤਾਂ ਗੁਰੂ 'ਤੇ ਸ਼ਰਧਾ ਹੈ ਸਾਡੀ ਗੁਰੂ 'ਤੇ ਪਿਆਰ ਹੈ ਅਸੀਂ ਖੁਦ ਕਹਿਣਾ ਬੱਚੇ ਨੂੰ ਕੇਸ ਕਤਲ ਕਰਾ ਕੇ ਆ ਖੁਦ ਸਾਡੇ ਬੱਚੇ ਕੇਸ ਕਤਲ ਕਰਾ ਆਉਂਦੇ ਨੇ ਬਾਹਰੋਂ ਅਸੀਂ ਕਹਿੰਦੇ ਹਾਂ ਵੀ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਉਹ ਰਾਜ ਬਾਹਰੀ ਦਸਤਾਰ ਵੱਲ ਵੇਖ ਕੇ ਬਾਹਰੇ ਕੱਟ ਦਾੜੀ ਵੱਲ ਵੇਖ ਕੇ ਥੋੜ੍ਹਾ ਆਉਣਾ ਉਹ ਜੇ ਗੁਰੂ ਦੀ ਮੋਹਰ ਗੁਰੂ ਦੀਆਂ ਨਿਸ਼ਾਨੀਆਂ ਹੀ ਸਾਨੂੰ ਬੋਝ ਲੱਗਦੀਆਂ ਨੇ ਫਿਰ ਇਹ ਤੋਂ ਵੱਡੀ ਗੁਰਬਾਣੀ ਵਾਲੀ ਗੱਲ ਤਾਂ ਦੂਰ ਰਹਿ ਗਈ ਉਹ ਸਮਝਣੀ ਗੁਰਬਾਣੀ ਨੂੰ ਵਿਚਾਰਨਾ ਤਾਂ ਉਹ ਤਾਂ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਸਾਨੂੰ ਗੁਰਬਾਣੀ ਦੇ ਸ਼ਬਦ ਸਮਝ ਨਹੀਂ ਲੱਗਦੇ ਗੁਰਦੁਆਰੇ ਉੱਠਦਿਆਂ ਦਰਵਾਜ਼ੇ ਤੱਕ ਜਾਂਦਿਆਂ ਸਾਨੂੰ ਸ਼ਬਦ ਭੁੱਲ ਜਾਂਦੇ ਨੇ ਉਹ ਤਾਂ ਅਸੀਂ ਪਹਿਲਾਂ ਹੀ ਮੰਨੀ ਬੈਠੇ ਹਾਂ ਵੀ ਅਸੀਂ ਅਨਪੜ੍ਹ ਹਾਂ ਸਾਨੂੰ ਬਾਣੀ ਸਮਝ ਨਹੀਂ ਲੱਗਦੀ ਅਸੀਂ ਪੜ੍ਹੇ ਲਿਖੇ ਨਹੀਂ ਉਹ ਗੁਰੂ ਨੂੰ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਹਾਂ 10 ਰੁਪਈਏ ਗੱਲੇ ਅੰਦਰ ਪਾਉਣੇ ਨੇ ਰੁਮਾਲਾ ਅਰਪਣ ਕਰਨਾ ਉਹ ਕਰ ਸਕਦੇ ਹਾਂ ਅਸੀਂ ਇਹ ਸਾਨੂੰ ਪਤਾ ਹੈ ਵੀ ਉਹ ਜੇਬ 'ਚੋਂ ਕੱਢਣੇ ਹੈ 150-200 ਦਾ ਰੁਮਾਲਾ ਦੁਕਾਨ ਤੋਂ ਮਿਲ ਜਾਂਦਾ ਉਹ ਲਿਆ ਕੇ ਰੁਮਾਲਾ ਗੁਰੂ ਗ੍ਰੰਥ ਸਾਹਿਬ 'ਤੇ ਪਾ ਦੇਣਾ ਸਾਡੀ ਸ਼ਰਧਾ ਇਹ ਹੈ ਇਹ ਸ਼ਰਧਾ ਅਸੀਂ ਨਿਭਾ ਸਕਦੇ ਹਾਂ ਪਰ ਜੇ ਗੁਰੂ ਜੀ ਤੁਸੀਂ ਕਹੋ ਬੱਚਿਆਂ ਦੇ ਕੇਸ ਸੰਭਾਲਣੇ ਨੇ ਬੱਚਿਆਂ ਨੂੰ ਬਾਣੀ ਪੜ੍ਹਾਉਣੀ ਹੈ ਖੁਦ ਬਾਣੀ ਪੜ੍ਹਨੀ ਹੈ ਇਹ ਸਾਨੂੰ ਨਹੀਂ ਆਉਂਦਾ ਇਹ ਕੰਮ ਕਰਨਾ ਸਾਨੂੰ ਨਹੀਂ ਆਉਂਦਾ ਸਾਨੂੰ ਇਕੱਠਿਆਂ ਬਹਿ ਕੇ ਗੱਲਾਂ ਕਰਨੀਆਂ ਜ਼ਰੂਰ ਆਉਂਦੀਆਂ ਨੇ ਇਕੱਠਿਆਂ ਬਹਿ ਕੇ ਕਿਸੇ ਦੇ ਅਵਗਣ ਕਿਸੇ ਦੀ ਨਿੰਦਿਆ ਕਿਵੇਂ ਕਰਨੀ ਹੈ ਇਹ ਢੰਗ ਤਾਂ ਸਾਡੇ ਕੋਲ ਹੈਗਾ ਪਰ ਘਰ ਦੇ ਚਾਰ ਜੀ ਇਕੱਠੇ ਬਹਿ ਕੇ ਅਸੀਂ ਗੁਰਬਾਣੀ ਨਹੀਂ ਪੜ੍ਹ ਸਕਦੇ ਸਾਡੇ ਕੋਲ ਸਮਾਂ ਨਹੀਂ ਹੈ ਅਸੀਂ ਟੈਲੀਵਿਜ਼ਨ ਮੂਹਰੇ ਘਰ ਦੇ ਚਾਰ ਜੀ ਇਕੱਠੇ ਹੋ ਕੇ ਤਾਂ ਬੈਠ ਸਕਦੇ ਹਾਂ ਪਰ ਜਦੋਂ ਘਰ ਅੰਦਰ ਸਹਿਜ ਪਾਠ ਰੱਖਿਆ ਹੋਵੇ ਉੱਥੇ ਜੇ ਗ੍ਰੰਥੀ ਇਹ ਕਹਿੰਦਾ ਵੀ ਘੰਟਾ ਸਵੇਰੇ ਅਤੇ ਘੰਟਾ ਸ਼ਾਮ ਨੂੰ ਬਾਣੀ ਸੁਣਿਆ ਕਰੋ ਸਾਡੇ ਕੋਲ ਉਹ ਘੰਟਾ ਕੱਢਣ ਲਈ ਟਾਈਮ ਨਹੀਂ ਸਾਡੇ ਕੋਲ ਟਾਈਮ ਹੈਗਾ ਜੇ ਤੁਸੀਂ ਸਾਡੇ ਤੋਂ ਘਰ ਦੀ ਜ਼ਮੀਨ ਪੁੱਛਣੀ ਹੈ ਉਹ ਤਾਂ ਅਸੀਂ ਘੰਟਿਆਂ ਬਦੀ ਦੱਸ ਦਾਂਗੇ ਸਾਡੀ ਆਮਦਨ ਸਾਲ ਦੀ ਸਾਡੇ ਜ਼ਮੀਨ ਜਾਇਦਾਦ ਕਿੰਨੀ ਇਹ ਦੱਸ ਦਾਂਗੇ ਅਸੀਂ ਪਰ ਸਾਡੇ ਕੋਲ ਗੁਰਬਾਣੀ ਪੜ੍ਹਨ ਲਈ ਬੱਚਿਆਂ ਦੀ ਸੰਭਾਲ ਕਰਨ ਲਈ ਬੱਚਿਆਂ ਨੂੰ ਜੇ ਨਹੀਂ ਖੁਦ ਪੜ੍ਹ ਸਕਦੇ ਬੱਚਿਆਂ ਨੂੰ ਖੁਦ ਇਹ ਕਹਿਣ ਦੀ ਸਾਡੇ ਅੰਦਰ ਸਮਰੱਥਾ ਨਹੀਂ ਵੀ ਬਾਣੀ ਪੜ੍ਹਿਆ ਕਰੋ ਬਾਣੀ ਨਹੀਂ ਵਿਚਾਰਿਆ ਕਰੋ ਅਸੀਂ ਇਹ ਗੱਲਾਂ ਪਿੱਛੋਂ ਹਾਰ ਚੁੱਕੇ ਹਾਂ ਸਾਡੀ ਸ਼ਰਧਾ ਤਾਂ ਗੁਰੂ 'ਤੇ ਹੈ ਅਸੀਂ ਨਿੱਤ ਗੁਰਦੁਆਰੇ ਤਾਂ ਜਾਂਦੇ ਹਾਂ ਪਰ ਆਹ ਕੰਮਾਂ ਵੱਲ ਸ਼ਰਧਾ ਨਹੀਂ ਸਾਡੀ ਹੈਗੀ ਕੌਲੀ 'ਚ ਆਟਾ ਪਾ ਕੇ ਤਾਂ ਮੈਂ ਲਿਆ ਸਕਦਾ ਗੁਰਦੁਆਰੇ ਚੜ੍ਹਾ ਸਕਦਾ ਪਰ ਮੇਰੀ ਸ਼ਰਧਾ ਗੁਰੂ ਨੂੰ ਪੜ੍ਹਨ ਪ੍ਰਤੀ ਗੁਰੂ ਦੀ ਬਾਣੀ ਨੂੰ ਸਮਝਣ ਪ੍ਰਤੀ ਨਹੀਂ ਹੈਗੀ ਫਿਰ ਜੇ ਗੁਰੂ ਇਹ ਗੱਲਾਂ ਸਾਡੀਆਂ ਨਿੱਤ ਸੁਣਦਾ ਹੈ ਗੁਰਬਾਣੀ ਸਾਡੀ ਇਹਨਾਂ ਗੱਲਾਂ ਨੂੰ ਨਿੱਤ ਸੁਣਦੀ ਹੈ ਫਿਰ ਕੀ ਗੁਰੂ ਸਾਡੇ 'ਤੇ ਮਿਹਰ ਕਰੂਗਾ ਜਿਸ ਗੁਰੂ ਦੇ ਆਖੇ ਅਸੀਂ ਲੱਗੇ ਨਹੀਂ ਜਿਸ ਗੁਰਬਾਣੀ ਦੇ ਆਖੇ ਲੱਗ ਕੇ ਅਸੀਂ ਖੁਦ ਗੁਰਬਾਣੀ ਸੁਣਨ ਪ੍ਰਤੀ ਵੀ ਘੰਟਾ ਕੱਢ ਕੇ ਬੈਠੇ ਨੇ ਕੰਨਾਂ ਅੰਦਰ ਸਮਰੱਥਾ ਤਾਂ ਹੈ ਨਾ ਸਾਡੇ ਕੋਲ ਮੰਨ ਲਓ ਅੱਖਰ ਜਿਹੜੇ ਲਿਖੇ ਨੇ ਅਖਬਾਰ 'ਤੇ ਕਾਪੀ ਪੈਨ ਅਸੀਂ ਕਦੇ ਚੱਕਿਆ ਨਹੀਂ ਸਕੂਲ ਗਏ ਵੀ ਨਹੀਂ ਇਹ ਵੱਲੋਂ ਅਸੀਂ ਕੋਰੇ ਹਾਂ ਅੱਖਰ ਨੂੰ ਕੋਈ ਪਿੰਡ ਦੀ ਗੱਲ ਆਉਂਦੀ ਹੈ ਪਿੰਡ ਅੰਦਰ ਲੌਸਮੈਂਟ ਆਉਂਦੀ ਹੈ ਉਹ ਵੀ ਕੰਨ ਪੈ ਕੇ ਸਾਨੂੰ ਸਮਝ ਤਾਂ ਲੱਗ ਜਾਂਦੀ ਹੈ ਨਾ
साढ़े को समझता हैगी है ना, बाणी असं खुद नहीं पढ़ सकते, बाणी प्रति सुन प्रति घंटा तो कढ़ के गुरु ग्रंथ साहब को आ सकते हैं ना, जिदे अगे असं अरदासा भी करते हैं, सानू आ भी मिल जाए, आ भी प्राप्त हो जाए, पर जे उस गुरु की बाणी प्रति साडा घंटा ही नहीं निकल सकता, 24 घंटे ने रात दिन दे, जे 24 घंटे अंदरों अद्धा घंटा नहीं निकल सकता, फिर असी गुरु क बल केड़ा मूँह लैके आ रहे हैं, भी असी तेरे सिख हाँ, असी तेरे श्रद्धालु हाँ, फर्क किन्ना साढ़े अंदर, गुरु सानू अपना बनाना चाहता है, असी गली बाती गुरु के तो बने हाँ, गुरु वालों विचार करके पिछे खड़े हाँ, गुरु की कहनी करनी वालों असी कोह दूर हाँ, असी बच्चों नहीं अपने सिखी बल लिया सके, खुद नहीं आए, फिर गुरु बल कि नित अरदास करके मंग रहे हैं, आखिर नूं जे गुरबाणी ये पढ़ते हैं भी सद सुनदा सद वेखदा शब्द रहिया भरपूर, गुरबाणी नित बंदिया गुरु तेनों वेखदा नित सुनदा नित तेरे वल तकदा, तू की करदा दिन रात, मैं तुसी मेरे तो ओला रख सकदे हो, मैं तुहाडे तो ओला रख सकदा, भी तुसी मैं बंद कमरे अंदर बैठा मैं की करदा तुहानू नहीं पता, तुसी घर की चार दवारी अंदर बैठे हो की करदे हो, घर दे पंज जी वह मैनू नहीं पता, घर दे जीआं नू आपस दे मनां दी विचार नहीं पता, भी माँ दे मन अंदर की चलदा है, प्यो दे मन अंदर की चल रहा है, भैन दे भरा प्रति मन अंदर की चल रहा है, ये किसी नू नहीं पता, गुरु तो जानदा ना मेरे मन अंदर गुरु प्रति कितनी एक श्रद्धा है, वो तो नहीं उल्ला रख सकते, गुरुद्वारे के भाई तो असं उल्ला ये रख सकते भी साढ़े को समा नहीं, उन्होंने कह सकते हैं, जे कोई सानू यह कहें 10 मिनट गुरबाणी पढ़ ली आप विचार ली उत्थे कह सकते उन्हों जवाब दे देने भी समा नहीं, गुरु तो साढ़े मन की जानता ना भी समा कितने कितने असं लुकोई बैठे हाँ, जिहड़े कम्मां तो गुरबाणी रोकदी है उत्थों तां सानू पता ना भी उन्हां कम्मां अंदर नूं असीं समा दे छड्डिआ, किसी प्रति निंदिया करनी है चार बंदिआं विच बह के उत्थे समा मैं दे रखिआ, उत्थे तां 4 बजे का समा कढ़ना भी 4 तो 5 उत्थे 7 दे विच जाके आउणा है, उत्थे हासा मखौल करके आउण उत्थे भी तां समा मिथिआ ना, मैं 4 बंदिआं दे विच ताश खेडण प्रति भी पता भी इन्ने बजे कख पाउणे आ इन्ने बजे डंगरां नूं पानी पिया देना उत्थे भी तो मैं समा कढ़िया होया ना, कि गुरु प्रति नहीं मेरा इन्ना समा हैगा भी मैं इन्हां कम्मां लई तो समा कढ़ लैना, चंडाल चौंकड़ी गुरबाणी अंदर शब्द कहा भी जिस थां उत्ते सानू कुछ सीखण नूं नहीं मिलता, कुछ जीवन अंदर चंगा गुण नहीं मिलता, उत्थे मैं घंटियां बद्धी बैठा गुरु की गल प्रति मैं तैयार नहीं, फिर बाबा कबीर साहब जी ने तो सही कहा गोबिंद हम ऐसे अपराधी, हे रब जी असी तो अपराधी हाँ, इनू अपराध ही कह सकते हैं ना, भी गुरु प्रति श्रद्धा भी है गुरु की मनना भी नहीं चाहते, फिर फर्क कितने है, समझन अंदर फर्क है, गुरु नाल श्रद्धा किहड़ी गल दी है, किसी ने तो बड़ा सोहना लिखा भी असी गुरुद्वारे जदों आने ना ये तो असी घट मंगते भी सिखी दान केस दाने सुन के वाहिगुरु का कह देंगे हाँ, मन अंदर ये नहीं भी सिखी मेरे घर आवे, केस दान मेरे घर अंदर आन, रहत मेरे घर अंदर आवे, मैं नशे छड के माड़ी संगत छड के चंगी रहत दा धारनी हो जा, ये रहत सुनदा तो है, रहत दान विवेक दान, विवेक दा अर्थ हुंदा समझ ज्ञान, गुरु तो ज्ञान अकल किने लैनी है, वो जिहड़ा मेरे नाल बैठा ना सतसंगत विच उहने लैनी, गुरु मैनू नहीं कह रहा, गुरु की बाणी दूजे नूं कह रही है, मेरी सोच इतों तक सीमित हो ही हुई है, गुरु नाल प्यार भी है मेरा, गुरु की बाणी पढ़ना भी हाँ मैं, गुरु की बाणी को बह भी जाना, पर मेरा प्यार इतों तक